ਸਤਿ ਸ਼੍ਰੀ ਅਕਾਲ। ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ। ਜਿਵੇਂ ਕਿ ਆਪਾਂ ਪਿਛਲੇ ਸਮੇਂ ਤੋਂ ਲੈ ਕੇ ਇਸ ਚੈਨਲ 'ਤੇ ਤਿਆਰੀ ਕਰਵਾ ਰਹੇ ਹਾਂ ਤੁਹਾਡੀ ਨਿੱਟ ਜਿਹੜਾ ਪੰਜਾਬੀ ਦਾ ਇਮਤਿਹਾਨ ਹੁੰਦਾ, ਅਤੇ ਨਾਲ ਦੀ ਨਾਲ ਇਹ ਵੀਡੀਓ ਸਾਡੇ ਚੈਨਲ ਵੱਲੋਂ ਨੇ ਮਾਸਟਰ ਗਾਈਡਰ ਪੰਜਾਬੀ ਦੇ ਵਿੱਚ ਤੁਹਾਡੇ ਕੰਮ ਆਉਣਗੀਆਂ। ਪੰਜਾਬੀ ਦੇ ਨਾਲ ਕਿਤੇ ਵੀ ਕੋਈ ਵੀ ਇਮਤਿਹਾਨ ਹੋ ਰਿਹਾ ਉਹਦੇ ਨਾਲ ਸੰਬੰਧਿਤ, ਉਹਦੇ ਵਿੱਚ ਹਰ ਜਗ੍ਹਾ 'ਤੇ ਤੁਹਾਡੇ ਕੰਮ ਆ ਰਹੀਆਂ ਨੇ ਅਤੇ ਅੱਗੇ ਆਉਣਗੀਆਂ ਵੀ। ਚੈਨਲ ਨਾਲ ਨੂੰ ਪਹਿਲੀ ਵਾਰ ਚੈਨਲ 'ਤੇ ਆਏ ਤਾਂ ਸਬਸਕ੍ਰਾਈਬ ਕਰ ਲਿਆ ਕਰੋ, ਕਿਉਂਕਿ ਕਾਫੀ ਤੁਹਾਨੂੰ ਵੀਡੀਓਜ਼ ਮਿਲਣਗੀਆਂ ਇਸ ਚੈਨਲ 'ਤੇ। ਸਾਡੇ ਇਸ ਚੈਨਲ ਨਾਲ ਜੁੜੇ ਹੋਏ ਕਾਫੀ ਵਿਦਿਆਰਥੀਆਂ ਨੇ ਇਸ ਵਾਰ ਜਿਹੜਾ ਜੂਨ ਵਾਲਾ ਇਮਤਿਹਾਨ ਆ, ਆਪਣੀ ਮਿਹਨਤ ਸਦਕਾ ਅਤੇ ਸਾਡੀ ਇੱਕ ਨਿੱਕੀ ਜਿਹੀ ਅਗਵਾਈ ਸਦਕਾ ਉਹਨਾਂ ਨੇ ਉਹਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਆ, ਨੈੱਟ ਨੂੰ ਪਾਸ ਕੀਤਾ ਅਤੇ ਕਈਆਂ ਨੇ JRF ਲਈ ਵੀ ਸਫਲਤਾ ਪ੍ਰਾਪਤ ਕੀਤੀ ਆ। ਗੱਲਾਂ ਬਹੁਤੀਆਂ ਨਹੀਂ, ਆਪਾਂ ਕਦੇ ਨਾ ਕਦੇ ਨਾਲ ਥੋੜ੍ਹੀਆਂ ਬਹੁਤੀਆਂ ਕਰਦੇ ਰਹਾਂਗੇ। ਅਤੇ ਜੇ ਤੁਸੀਂ ਪੰਜਾਬੀ ਬੋਲੀ ਨਾਲ ਸੱਚੇ ਦਿਲੋਂ ਜੁੜੇ ਹੋਏ ਹੋ ਤਾਂ ਜ਼ਰੂਰ ਇਸ ਚੈਨਲ ਨੂੰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਕਿਉਂਕਿ ਹਲੇ ਸਾਡੀ ਵੀ ਇਹ ਸ਼ੁਰੂਆਤ ਆ ਅਤੇ ਸਾਨੂੰ ਵੀ ਹੌਸਲਾ ਮਿਲਦਾ। ਅਤੇ ਇਸ ਹੌਸਲੇ 'ਚ ਜਿੰਨਾ ਤੁਹਾਡਾ ਸਾਥ ਹੋਵੇਗਾ ਆਪਾਂ ਉਨੀਆਂ ਹੀ ਵੀਡੀਓ ਲੈ ਕੇ ਆਵਾਂਗੇ। ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਅਸੀਂ ਦੁਬਾਰਾ ਤੋਂ ਫਿਰ ਦਿਨ ਹਰ ਰੋਜ਼ ਵੀਡੀਓ ਲੈ ਕੇ ਆਈਏ, ਕਿਉਂਕਿ ਕਾਫੀ ਸਮਾਂ ਹੋ ਗਿਆ ਥੋੜ੍ਹਾ ਜਿਹਾ ਸਾਨੂੰ ਵੀਡੀਓ ਨਹੀਂ ਸੀ ਪਾ ਸਕੇ। ਅਤੇ ਜਿਹੜੀ ਅੱਜ ਦੀ ਵੀਡੀਓ ਅਸੀਂ ਪ੍ਰੋਫੈਸਰ ਮੋਹਨ ਸਿੰਘ ਨਾਲ ਲੈ ਕੇ ਆਏ ਹਾਂ, ਉਹਨਾਂ ਦੀ ਜੀਵਨ ਝਾਤ ਥੋੜ੍ਹੀ ਜਿਹੀ ਪਾਵਾਂਗੇ ਅਤੇ ਰਚਨਾਵਾਂ ਦੇ ਮਾਣ ਸਨਮਾਨ ਜਿਹੜੇ ਕਿ ਇਮਤਿਹਾਨ ਦੇ ਪੱਖ ਤੋਂ ਬਹੁਤ ਜ਼ਰੂਰੀ ਆ। ਅਖੀਰ ਤੱਕ ਇੱਕ ਇੱਕ ਗੱਲ ਸੁਣਿਆ ਕਰੋ, ਇੱਕ ਇੱਕ ਸ਼ਬਦ ਇਮਤਿਹਾਨ ਦੇ ਵਿੱਚ ਕੰਮ ਆਉਂਦਾ। ਜਿਹੜੇ ਨੈੱਟ ਦਾ ਇਮਤਿਹਾਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਨਾਲ ਗੱਲ ਕਰਿਓ। ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਕਿ ਇੱਕ ਇੱਕ ਸ਼ਬਦ ਨੇ ਤੁਹਾਡੇ ਕੰਮ ਆਉਣਾ, ਐਵੇਂ ਅੱਖੋਂ ਪਰੋਖੇ ਨਾ ਕਰਿਆ ਕਰੋ, ਨਜ਼ਰ ਅੰਦਾਜ਼ ਨਾ ਕਰਿਆ ਕਰੋ ਕਿ ਚਲੋ ਇਹ ਤਾਂ ਵੈਸੀ ਗੱਲ ਹੋ ਰਹੀ ਆ। ਕਿਤਾਬਾਂ 'ਚ ਤੁਸੀਂ ਬਹੁਤ ਪੜ੍ਹਿਆ ਹੋਣਾ, ਪ੍ਰੋਫੈਸਰ ਮੋਹਨ ਸਿੰਘ ਬਾਰੇ ਵੀ ਪੜ੍ਹਿਆ ਹੋਣਾ, ਅਸੀਂ ਹੋ ਸਕਦਾ ਉਹ ਪੜ੍ਹੀਆਂ ਹੋਈਆਂ ਗੱਲਾਂ ਹੀ ਤੁਹਾਡੇ ਸਾਹਮਣੇ ਹੋਣ, ਪਰ ਉਹਨਾਂ ਪੜ੍ਹੀਆਂ ਹੋਈਆਂ ਗੱਲਾਂ ਨੂੰ ਯਾਦ ਕਰਨ ਦਾ ਢੰਗ ਦੱਸਾਂਗੇ। ਜਿਹੜੇ ਪਹਿਲਾਂ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਇਸ ਗੱਲ ਦਾ, ਜਿਹੜੇ ਨਵੇਂ ਜੁੜੇ ਹੋ ਤਾਂ ਜ਼ਰੂਰ ਅਖੀਰ ਤੱਕ ਬਣੇ ਰਹੋ। ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਬਾਰੇ। ਸਕਰੀਨ ਦੇ ਉੱਪਰ ਜਿੰਨਾ ਤੁਸੀਂ ਦੇਖ ਰਹੇ ਹੋਵੋਗੇ ਕਾਫੀ ਗੱਲਾਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਗੀਆਂ, ਪਰ ਗੱਲਾਂ ਨੂੰ ਪੜ੍ਹਦੇ ਪੜ੍ਹਦੇ ਨਾਲ ਦੀ ਨਾਲ ਸੁਣਨਾ ਜ਼ਰੂਰ ਧਿਆਨ ਨਾਲ, ਕਿਉਂਕਿ ਉਹੀ ਢੰਗ ਪਿਛਲੇ ਵਾਰੀ ਜਿਵੇਂ ਆਪਾਂ ਯਾਦ ਕੀਤਾ ਸੀਗਾ ਜੀਵਨ ਬਾਰੇ ਸਾਨੂੰ ਪਤਾ ਗਾ। ਪਹਿਲੀ ਗੱਲ ਤਾਂ ਉਹਨਾਂ ਦਾ ਜਨਮ 1905 ਦੇ ਵਿੱਚ ਹੁੰਦਾ ਗਾ, ਅਤੇ ਇਹ ਤੁਸੀਂ ਯਾਦ ਕਿਵੇਂ ਰੱਖਣਾ ਇਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਕਿ ਤੁਹਾਡੇ ਇਸ ਹਾਲ ਕਿਵੇਂ ਯਾਦ ਰਹੇ। ਇਮਤਿਹਾਨ ਦੇ ਵਿੱਚ ਉਹਨਾਂ ਨੇ 1905-6-4 ਇਸ ਤਰੀਕੇ ਨਾਲ ਪਾ ਆਉਂਦੇ ਨੇ, ਬਹੁਤ ਭੁਲੇਖਾ ਪਾਉਂਦੇ ਨੇ। ਅਤੇ ਰਾਵਲਪਿੰਡੀ ਦੇ ਵਿੱਚ ਪਿੰਡ ਧਮਿਆਲ ਪਿੰਡ ਸੀਗਾ, ਜੱਦੀ ਪਿੰਡ ਸੀਗਾ ਉਹਨਾਂ ਦਾ। ਅਤੇ ਉਸਨੇ ਜਦੋਂ 10ਵੀਂ ਤੱਕ ਵਿੱਦਿਆ ਪ੍ਰਾਪਤ ਕਰ ਲਈ ਤਾਂ ਉਸਦਾ ਵਿਆਹ ਬਸੰਤ ਨਾਂ ਦੀ ਲੜਕੀ ਨਾਲ ਹੋ ਗਿਆ। ਸ਼ਾਇਦ ਕਿਤੇ ਨਾ ਕਿਤੇ ਇਹ ਸਵਾਲ ਵੀ ਬਣ ਸਕਦਾ ਗਾ, ਪਹਿਲਾ ਵਿਆਹ ਜਿਹੜਾ ਹੋਇਆ ਸੀ ਬਸੰਤ ਨਾਂ ਦੀ ਲੜਕੀ ਦੇ ਨਾਲ ਹੋਇਆ ਸੀਗਾ। ਉਹਦੀ ਮੌਤ ਹੋ ਜਾਂਦੀ ਹੈ ਅਤੇ ਉਹਦੀ ਮੌਤ ਤੋਂ ਬਾਅਦ ਉਹਦੇ ਵਿਯੋਗ ਦੇ ਵਿੱਚ ਸਾਡੇ ਕੋਲ ਪ੍ਰੋਫੈਸਰ ਮੋਹਨ ਸਿੰਘ ਬਣਦਾ। ਉਹ ਤੁਸੀਂ ਉਹਨਾਂ ਦੀਆਂ ਕਵਿਤਾਵਾਂ ਰਚਨਾਵਾਂ ਵੀ ਪੜ੍ਹੀਆਂ ਹੋਣਗੀਆਂ। ਸਕੂਲ ਟਾਈਮ ਦੇ ਵਿੱਚ ਪੜ੍ਹਦਿਆਂ ਹੀ ਇੱਕ ਆਦਤ ਬਣ ਗਈ ਸੀ, ਉਹਨੇ ਲਿਖਣਾ ਸ਼ੁਰੂ ਕਰਤਾ ਸੀ ਆਪਣਾ, ਪਰ ਬਸੰਤ ਦੀ ਮੌਤ ਨੇ ਉਹਨੂੰ ਝੰਜੋੜ ਕੇ ਰੱਖਤਾ ਸੀਗਾ। ਜਿਹੜੀਆਂ ਪੰਕਤੀਆਂ ਸਾਹਮਣੇ ਸਕਰੀਨ 'ਤੇ ਤੁਸੀਂ ਬਹੁਤ ਵਾਰ ਪੜ੍ਹੀਆਂ ਹੋਣੀਆਂ ਕਿ ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ, ਅਸਲ 'ਚ ਉਹਦਾ ਇੱਕ ਦੁੱਖ ਉਹਦਾ ਜਿਹੜਾ ਦਰਦ ਸੀਗਾ ਉਹ ਲੈ ਕੇ ਉਹ ਰਚਨਾਵਾਂ ਦੇ ਵਿੱਚ ਲੈ ਕੇ ਆਇਆ ਅਤੇ ਉਹ ਅੱਗੇ ਆ ਕੇ ਪ੍ਰੋਫੈਸਰ ਮੋਹਨ ਸਿੰਘ ਬਣਿਆ। ਅਤੇ ਸਭ ਤੋਂ ਜ਼ਿਆਦਾ ਵਿਯੋਗ ਦੀ ਪੀੜਾ ਸੀ ਜਿਹੜੀ ਉਹਦੀਆਂ ਕਵਿਤਾਵਾਂ ਦੇ ਵਿੱਚ ਦੇਖਣ ਨੂੰ ਮਿਲੀ ਆ। 1927 ਦੇ ਵਿੱਚ ਦੂਜਾ ਵਿਆਹ ਹੁੰਦਾ ਗਾ, ਅਤੇ ਉਹ ਚੀਜ਼ ਨੂੰ ਵੀ ਤੁਸੀਂ ਖਿਆਲ ਦੇ ਵਿੱਚ ਰੱਖਣਾ। ਅਤੇ ਸ਼ਾਇਦ ਬਸੰਤ ਦੇ ਮਰਨ ਕਰਕੇ ਉਹਦੀ ਵਫਾ ਨਾ ਪਾਲ ਸਕਣ ਕਰਕੇ ਪਛਤਾਵਾ ਹੁੰਦਾ ਹੋਵੇ, ਜਿਸ ਕਾਰਨ ਉਹਨੇ ਸਮੇਂ ਦੀਆਂ ਕਵਿਤਾਵਾਂ ਵਿੱਚ ਮਰਦ ਬੇਵਫਾਈ ਵੱਲ ਜ਼ਿਆਦਾ ਸੰਕੇਤ ਕੀਤਾ ਗਿਆ ਹੈ, ਕਿਉਂਕਿ ਵਿਆਹ ਉਹਨੇ ਕਰਵਾਇਆ ਉਸ ਤੋਂ ਬਾਅਦ ਅਤੇ ਉਹਦੀਆਂ ਜਿਹੜੀ ਮਰਦ ਦੀ ਬੇਵਫਾਈ ਬਾਰੇ ਆਪਾਂ ਹੁਣੇ ਗੱਲ ਕੀਤੀ ਆ। ਬਿਲਕੁਲ ਜੀ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਬਣ ਸਕਦੇ ਨੇ, ਇਹ ਨਾ ਸੋਚਿਓ ਕਿ ਗੱਲ ਵੈਸੇ ਲਿਖੀ ਹੈ ਸਾਡੇ ਕੰਮ ਦੀ ਕੋਈ ਨਹੀਂ, ਅਤੇ ਜ਼ਰੂਰੀ ਹੈ ਜੀ ਨੈੱਟ ਦੇ ਇਮਤਿਹਾਨ ਦੇ ਵਿੱਚ ਸਵਾਲ ਇਸ ਤਰ੍ਹਾਂ ਵੀ ਬਣ ਜਾਂਦੇ ਨੇ। ਅਤੇ ਪੜ੍ਹਾਈ ਨੂੰ ਉਹਨੇ ਆਪਣੀ ਨੂੰ ਜਾਰੀ ਰੱਖਦਿਆਂ ਰੱਖੀ। 1930 ਵਿੱਚ MA ਫਾਰਸੀ ਦਾ ਇਮਤਿਹਾਨ ਪਾਸ ਕਰ ਲਿਆ 1930 ਦੇ ਵਿੱਚ। 1905 ਦੇ ਵਿੱਚ ਜਨਮ ਹੁੰਦਾ ਅਤੇ 30 ਦੇ ਵਿੱਚ ਜਿਹੜੀ MA ਕਰਦਾ ਫਾਰਸੀ ਦਾ ਇਮਤਿਹਾਨ ਪਾਸ ਕਰਦਾ, ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਫਾਰਸੀ ਪੜ੍ਹਾਉਣ ਲੱਗ ਜਾਂਦਾ। ਕਈ ਵਾਰੀ ਪੇਪਰ ਦੇ ਵਿੱਚ ਇਹ ਪੁੱਛ ਲਿਆ ਜਾਂਦਾ ਕਿ ਮੰਨ ਲਓ ਪ੍ਰੋਫੈਸਰ, ਉੱਥੇ ਪ੍ਰਸ਼ਨ ਬਣ ਜਾਂਦਾ ਕਿ ਮੋਹਨ ਸਿੰਘ ਨੇ ਜਿਹੜੀ MA ਕੀਤੀ ਸੀ ਕਿਹੜੇ ਵਿਸ਼ੇ ਦੀ ਕੀਤੀ ਸੀ। ਜਿਨ੍ਹਾਂ ਨੇ ਧਿਆਨ ਨਾਲ ਨਹੀਂ ਪੜ੍ਹਿਆ, ਡੂੰਘਾਈ 'ਚ ਨਹੀਂ ਪੜ੍ਹਿਆ, ਉਹ ਅਕਸਰ ਗਲਤੀ ਕਰਨਗੇ। ਉੱਥੇ ਉਹਨਾਂ ਨੇ ਪੰਜਾਬੀ ਵੀ ਪਾਉਣਾ, ਸੰਸਕ੍ਰਿਤ ਵੀ ਪਾਉਣਗੇ, ਫਾਰਸੀ ਵੀ ਪਾਉਣਗੇ ਅਤੇ ਉਰਦੂ ਵੀ ਪਾਉਣਗੇ ਵਿਕਲਪ ਦੇ ਵਿੱਚ। ਅਤੇ ਅਸੀਂ ਜੇ ਕਾਹਲੀ ਦੇ ਵਿੱਚ ਜਲਦਬਾਜ਼ੀ 'ਚ ਕਿਤੇ ਪੜ੍ਹਿਆ ਤਾਂ ਬਹੁਤੀ ਪੰਜਾਬੀ ਅਤੇ
ਸਵਾਲ ਦਾ ਜਵਾਬ ਨੂੰ ਸਹੀ ਮੈਂ ਆਪਣੇ ਵੱਲੋਂ ਕਰਕੇ ਆਉਣਗੇ ਜਦਕਿ ਉਹ ਗਲਤ ਹੋ ਜਾਊਗਾ। ਕੁਝ ਸੰਸਕ੍ਰਿਤ ਅਤੇ ਕੁਛ ਅਲੱਗ ਅਲੱਗ ਉਰਦੂ ਫਾਰਸੀ ਚੁਣ ਜਾਂਦੇ, ਪਰ ਇਹ ਯਾਦ ਰੱਖਿਓ ਕਿ ਫਾਰਸੀ ਦੇ ਵਿੱਚ। 1905 'ਚ ਜਨਮ ਹੁੰਦਾ ਅਤੇ 1930 ਦੇ ਵਿੱਚ ਜਾ ਕੇ ਉਹ ਆਪਣੀ MA ਦਾ ਇਮਤਿਹਾਨ ਆ ਜਿਹੜਾ ਪਾਸ ਕਰਦੇ ਨੇ, ਅਤੇ ਫਿਰ ਅੰਮ੍ਰਿਤਸਰ ਦੇ ਵਿੱਚ ਹੀ ਪੜ੍ਹਾਉਣ ਲੱਗ ਜਾਂਦੇ ਨੇ, ਖਾਲਸਾ ਕਾਲਜ ਅੰਮ੍ਰਿਤਸਰ। ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਉਹਨੂੰ ਦੋਸਤ ਮਿਲੇ, ਕਿਉਂਕਿ ਦੋਸਤਾਂ ਦਾ ਬਹੁਤ ਵੱਡਾ ਇੱਕ ਕਹਿ ਸਕਦੇ ਰੋਲ ਹੁੰਦਾ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਨੇ ਉਹਦੇ ਅੰਦਰ ਕਵੀ ਨੂੰ ਜਿਹੜਾ ਪਹਿਚਾਣਿਆ ਅਤੇ ਕਵਿਤਾ ਲਿਖਣ ਦੀ ਪ੍ਰੇਰਣਾ ਦਿੱਤੀ, ਹੱਲਾ ਸਿਰੇ ਦਿੱਤੀ। ਕਾਲਜ ਵਿੱਚ ਪੜ੍ਹਾਉਂਦਿਆਂ ਹੀ ਉਹਨਾਂ ਨੇ ਆਪਣੀ ਸਾਹਿਤਕ ਪ੍ਰਤਿਭਾ ਸੀ ਜਿਹੜਾ ਉਹਨਾਂ ਦੇ ਵਿੱਚ ਪ੍ਰਤਿਭਾ ਸੀ ਉਹਨੂੰ ਵਿਕਸਿਤ ਕੀਤਾ, ਪਰ ਨੌਕਰੀ ਵਿੱਚ ਕਈ ਵਾਰ ਦਮ ਘੁੱਟਦਾ ਵੇਖ ਕੇ ਸੁਤੰਤਰ ਹੋਣਾ ਚਾਹਿਆ। ਇੱਕ ਗੱਲ ਪਹਿਲਾਂ ਪੜ੍ਹੀ ਹੋਣੀ ਆ, ਪੜ੍ਹਦੇ ਹੋਵੋਗੇ ਕਿ ਜਿਹੜੇ ਕਵੀ ਲੋਕ ਹੁੰਦੇ ਨੇ, ਸਾਹਿਤਕ ਲੋਕ ਹੁੰਦੇ ਨੇ, ਥੋੜ੍ਹਾ ਜਿਹਾ ਆਜ਼ਾਦ ਤਬੀਅਤ ਦੇ ਮਾਲਕ ਹੁੰਦੇ ਨੇ, ਕਿਸੇ ਦੀ ਗੁਲਾਮੀ ਜਾਂ ਨੌਕਰੀ ਜਿਹੜੀ ਕਿਸੇ ਦੇ ਹੇਠਾਂ ਰਹਿ ਕੇ ਕਰਨੀ ਘੱਟ ਰਾਸ ਆਉਂਦੀ ਹੈ। ਚਲੋ ਅੱਗੇ ਆਪਾਂ ਦੇਖਦੇ ਹਾਂ, ਅਤੇ ਪ੍ਰੋਫੈਸਰੀ ਛੱਡ ਕੇ ਕਿਤਾਬਾਂ ਛਾਪਣ ਅਤੇ ਵੇਚਣ ਦਾ ਕੰਮ ਸ਼ੁਰੂ ਕਰਤਾ। ਇਹਨਾਂ ਨੇ ਵੀ ਪ੍ਰੋਫੈਸਰੀ ਛੱਡ ਦਿੱਤੀ ਸੀ, ਪਰ ਅਖੀਰ ਤੱਕ ਸਾਡੇ ਸਾਹਮਣੇ ਅੱਜ ਨਾਮ ਪ੍ਰੋਫੈਸਰ ਮੋਹਨ ਸਿੰਘ ਆ। ਇਹ ਕੰਮ ਉਸਨੇ ਪਾਕਿਸਤਾਨ ਵੰਨ ਤੋਂ ਬਾਅਦ ਸ਼ੁਰੂ ਕੀਤਾ। ਇਹ ਗੱਲ ਧਿਆਨ 'ਚ ਰੱਖਿਓ ਕਿ ਪ੍ਰੋਫੈਸਰ ਰਹੇ ਨੇ, ਪਰ ਉਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਕੀਤਾ ਇਹ ਪਾਕਿਸਤਾਨ ਵੰਨ ਤੋਂ ਬਾਅਦ, ਭਾਵ 1947 ਤੋਂ ਬਾਅਦ। ਉਸ ਦਾ ਇੱਕ ਕਾਰਨ ਇਸ ਦੀ, ਪਾਕਿਸਤਾਨ ਵੰਨ ਤੋਂ ਬਾਅਦ ਕਾਲਜਾਂ ਵਿੱਚ ਫਾਰਸੀ ਦੀ ਪੜ੍ਹਾਈ ਇੱਕ ਤਰ੍ਹਾਂ ਨਾਲ ਖਤਮ ਹੋ ਗਈ ਸੀ। ਕਾਫੀ ਵੱਡਾ ਧੱਕਾ ਲੱਗਿਆ ਸੀ ਦੇਸ਼ ਦੀ ਵੰਡ ਦਾ, ਜਿਹੜਾ ਭਾਸ਼ਾ ਦੇ ਆਧਾਰ 'ਤੇ ਵੀ ਸੀਗਾ, ਬਾਕੀ ਸਾਨੂੰ ਪਤਾ ਉਹਦੇ ਬਾਰੇ, ਹੈ ਨਾ, ਜੋ ਲੋਕਾਂ ਨਾਲ ਬੀਤੀ ਆ। ਇਸ ਅਵਸਥਾ ਵਿੱਚ ਪਹੁੰਚ ਕੇ ਕਈ ਉਸ ਲਈ ਕਿਸੇ ਹੋਰ ਵਿਸ਼ੇ ਵਿੱਚ ਰੁਚੀ ਰੱਖਣਾ ਸੰਭਵ ਹੀ ਨਹੀਂ ਸੀ। ਫਾਰਸੀ ਦੇ ਵਿੱਚ MA ਕੀਤੀ ਹੋਵੇ ਤਾਂ ਤੁਸੀਂ ਆਪ ਸੋਚ ਕੇ ਦੇਖੋ ਕਿ ਕਿੱਡੀ ਵੱਡੀ ਰੁਚੀ ਹੋਊਗੀ, ਕਿੰਨਾ ਉਹਦੇ ਵਿੱਚ ਉਹਦੇ ਨਾਲ ਉਸ ਨਾਲ ਉਸ ਭਾਸ਼ਾ ਨਾਲ ਮੋਹ ਹੋਊਗਾ। ਠੀਕ ਹੈ ਨਾ ਜੀ। ਪੰਜ ਦਰਿਆ ਰਸਾਲਾ ਜਾਰੀ ਰੱਖਿਆ, ਪੰਜ ਦਰਿਆ ਨਾਮ ਦਾ ਰਸਾਲਾ ਪ੍ਰੋਫੈਸਰ ਮੋਹਨ ਸਿੰਘ ਨਾਲ। ਯਾਦ ਰੱਖਿਓ, ਹੁਣ ਫਿਰ ਉਹੀ ਗੱਲ ਕਿ ਅਸੀਂ ਯਾਦ ਰੱਖਣ ਦਾ ਢੰਗ ਵੀ ਦੱਸਾਂਗੇ, ਜਿਵੇਂ ਪਹਿਲਾਂ ਕਿਹਾ ਸੀਗਾ ਪ੍ਰੋਫੈਸਰ ਮੋਹਨ ਸਿੰਘ। ਪਹਿਲੇ ਤਾਂ ਮੋਹਨ ਸਿੰਘ ਤੋਂ ਤੁਸੀਂ ਮੋਹਨ ਜਿਹੜਾ ਦਿਮਾਗ ਦੇ ਵਿੱਚ ਰੱਖਣਾ, ਠੀਕ ਹੈ। ਮੋਹਨ ਸ਼ਬਦ ਜਾਂ ਮਨਮੋਹਨ ਬਣਾ ਲਓ ਆਪਣੇ ਦਿਮਾਗ ਦੇ ਵਿੱਚ ਕਿ ਮਨ ਨੂੰ ਮੋਹਣ ਵਾਲਾ ਮੋਹਨ, ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਲੈਣਾ। ਅਤੇ ਮਨ ਨੂੰ ਮੋਹਣ, ਮਨਮੋਹਨ ਦੇ ਵਿੱਚ ਸਾਡੇ ਕੋਲ ਜਿਹੜੇ ਸਭ ਅੱਖਰ ਨੇ ਪੰਜ ਨੇ, ਮਨ ਮੋਹਨ, ਮਾਤਰਾਵਾਂ ਨੂੰ ਅਲੱਗ ਕਰ ਦਿੰਦੇ ਆਪਾਂ, ਮਨ ਮੋਹਨ, ਅਤੇ ਜਦੋਂ ਪੰਜ ਹੋ ਜਾਂਦੇ ਨੇ ਤਾਂ ਚਾਹੇ ਉਹ ਪ੍ਰੋਫੈਸਰ ਮੋਹਨ ਸਿੰਘ ਨੇ ਜਾਂ ਵੈਸੇ ਪ੍ਰੋਫੈਸਰ ਜੇ ਅਸੀਂ ਮੋਹਨ ਸਿੰਘ ਨੂੰ ਵੀ ਖਿਆਲ 'ਚ ਰੱਖੋਗੇ, ਇੰਨਾ ਕੁ ਧਿਆਨ 'ਚ ਰੱਖ ਲਿਓ। ਚਲੋ ਪਹਿਲਾਂ ਤਾਂ ਤੁਸੀਂ ਉਹਦੇ ਜਨਮ ਤਰੀਕ ਨਹੀਂ ਤੁਸੀਂ ਕਦੇ ਵੀ ਭੁੱਲੋਗੇ, ਕਿ ਜੇ ਮਨਮੋਹਨ ਮੇਰੀ ਵੀਡੀਓ ਦੇ ਮੁਤਾਬਕ ਤੁਹਾਡੇ ਦਿਮਾਗ 'ਚ ਆਉਂਦਾ ਹੈਗਾ ਕਿ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਮਨਮੋਹਨ, ਮਨਮੋਹਨ ਤੋਂ ਭਾਵ ਪੰਜ, ਅਤੇ ਪੰਜ 1905 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ, ਅਤੇ ਪੰਜ ਦਰਿਆ ਜਾਂ ਰਸਾਲਾ ਇਹਨਾਂ ਦਾ ਹੀ, ਇਹਨਾਂ ਨੇ ਹੀ ਜਾਰੀ ਕੀਤਾ ਸੀ। ਇਮਤਿਹਾਨ ਦੇ ਪੱਖ ਤੋਂ ਬਹੁਤ ਜ਼ਿਆਦਾ ਜ਼ਰੂਰੀ ਆ, ਹੁਣ ਨਹੀਂ ਭੁੱਲੋਂਗੇ ਜਿੱਥੋਂ ਤੱਕ ਮੈਨੂੰ ਉਮੀਦ ਆ। ਜੇ ਤੁਹਾਨੂੰ ਇਹ ਦਿਮਾਗ ਦੇ ਵਿੱਚ ਗੱਲ ਬਹਿ ਗਈ, ਇਹ ਢੰਗ ਵਧੀਆ ਲੱਗਿਆ, ਤਾਂ ਨਾਲ ਦੀ ਨਾਲ ਹੇਠਾਂ ਕਮੈਂਟ ਕਰਕੇ ਦੱਸਿਓ। ਅੱਗੇ ਦੀ ਅੱਗੇ ਆਪਾਂ ਸਾਰੀ ਵੀਡੀਓ ਦੇ ਵਿੱਚ ਇਸੇ ਤਰੀਕੇ ਨਾਲ ਤੁਹਾਨੂੰ ਯਾਦ ਕਰਾਉਂਦੇ ਰਹਾਂਗੇ। ਪਰ ਇੱਕ ਅਜਿਹਾ ਸਮਾਂ ਆਇਆ ਕਿ ਰਸਾਲੇ ਨੇ ਜਾਰੀ ਰੱਖਣ ਅਸਮਰਥ ਹੋ ਗਏ ਸੀਗੇ, ਅਤੇ ਅੰਤ ਵਿੱਚ ਉਸਨੂੰ ਵੇਚਣਾ ਪਿਆ। ਕਿਤਾਬਾਂ ਛਾਪਣ ਅਤੇ ਵੇਚਣ ਦਾ ਕੰਮ ਵੀ ਰਾਸ ਨਾ ਆਉਣ ਕਾਰਨ ਵੱਟ ਵੇਚ ਕੇ ਜਿਹੜੀ ਆਰਥਿਕ ਤੰਗੀ ਨੂੰ ਸਹਿੰਦੇ ਹੋਏ ਉਹ ਪਟਿਆਲਾ ਕਾਲਜ, ਖਾਲਸਾ ਕਾਲਜ ਦੇ ਵਿੱਚ ਨੌਕਰ ਹੋ ਗਏ। ਦੁਬਾਰਾ ਤੋਂ ਹੋਣਾ ਪਿਆ ਆਰਥਿਕ ਮਜਬੂਰੀਆਂ ਦੇ ਕਾਰਨ, ਫਿਰ ਤੋਂ ਫਿਰ ਉੱਥੇ ਆਉਣਾ ਪਿਆ। ਇੱਥੇ ਹੀ ਰਹਿੰਦੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਨਨਕਾਇਨ ਮਹਾਂਕਾਵਿ ਲਿਖਣ ਦੀ ਪੇਸ਼ਕਸ਼ ਕੀਤੀ ਗਈ। ਬਹੁਤ ਵੱਡੀ ਗੱਲ ਹੈ, ਖਾਸ ਤੌਰ 'ਤੇ ਇਮਤਿਹਾਨ ਦੇ ਪੱਖ ਤੋਂ। ਪਹਿਲੀ ਗੱਲ ਤਾਂ ਬਹੁਤਿਆਂ ਨੂੰ ਵੀ ਪਤਾ ਹੋਊਗਾ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਮਹਾਂਕਾਵਿ ਲਿਖਿਆ ਨਨਕਾਇਨ, ਪਰ ਪੰਜਾਬੀ ਯੂਨੀਵਰਸਿਟੀ ਵੱਲੋਂ ਪੇਸ਼ਕਸ਼ ਕੀਤੀ ਗਈ ਸੀ। ਉਹਨਾਂ ਦੇ ਕਹਿਣ ਤੋਂ ਬਾਅਦ, ਉਹਨਾਂ ਦੀ ਪੇਸ਼ਕਸ਼ ਤੋਂ ਬਾਅਦ ਇਹਦੇ ਬਾਰੇ ਲਿਖਿਆ ਗਿਆ ਸੀਗਾ, ਜਿਸ ਨੂੰ ਉਹਨਾਂ ਨੇ ਸਫਲਤਾਪੂਰਵਕ ਨਿਭਾਇਆ। ਇਹ ਗੱਲ ਸਾਨੂੰ ਪਤਾ ਹੀ ਹੈ, ਨਨਕਾਇਨ ਮਹਾਂਕਾਵਿ। ਨਨਕਾਇਨ ਦੇ ਵਿੱਚ ਵੀ ਤੁਸੀਂ ਦਿਮਾਗ ਦੇ ਵਿੱਚ ਫਿੱਟ ਕਰ ਲਓ, ਯਾਦ ਕਰ ਲਓ, ਪੰਜ ਅੱਖਰ ਹੀ ਆ ਰਹੇ ਨੇ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜੇ ਮਨ ਨੂੰ ਮੋਹਿਆ ਸੀ 1905 ਦੇ ਵਿੱਚ, ਅਤੇ ਪੰਜ ਦਰਿਆ ਦਾ ਰਸਾਲਾ ਚਲਾਇਆ ਸੀ, ਅਤੇ ਨਨਕਾਇਨ, ਇਹ ਵੀ ਯਾਦ ਰੱਖ ਲਿਓ, ਮਹਾਂਕਾਵਿ। ਉਸ ਤੋਂ ਅਗਲੀ ਗੱਲ, ਉਸਨੇ ਸਾਵੇ ਪੱਤਰ ਤੋਂ ਲੈ ਕੇ ਬੂਹੇ ਤੱਕ 10 ਕਾਵਿ ਸੰਗ੍ਰਹਿ ਪੰਜਾਬੀ ਜਗਤ ਨੂੰ ਭੇਂਟ ਕੀਤੇ। ਯਾਦ ਰੱਖਿਓ, ਸ਼ਾਵੇਂ ਪੱਤਰ ਤੋਂ ਲੈ ਕੇ ਬੂਹੇ ਤੱਕ, ਇਹ ਰਚਨਾਵਾਂ ਦੇ ਬਾਰੇ ਵੀ ਗੱਲ ਕਰਾਂਗੇ ਆਪਾਂ। 10 ਕਾਵਿ ਸੰਗ੍ਰਹਿ, ਪਹਿਲੀ ਗੱਲ ਤਾਂ ਤੁਸੀਂ ਦਿਮਾਗ 'ਚ ਯਾਦ ਰੱਖਣੀ ਆ ਕਿ 10 ਕਾਵਿ ਸੰਗ੍ਰਹਿ ਨੇ ਜਿਹੜੇ ਪੰਜਾਬੀ ਜਗਤ, ਪੰਜਾਬੀ ਸਾਹਿਤ ਨੂੰ ਉਹਨਾਂ ਨੇ ਦਿੱਤੇ ਨੇ ਆਪਣੇ ਵੱਲੋਂ। ਇਸ ਤੋਂ ਇਲਾਵਾ ਅਨੁਵਾਦ ਵੀ ਕੀਤੇ ਅਤੇ ਕਹਾਣੀਆਂ ਵੀ ਲਿਖੀਆਂ ਨੇ ਉਹਨਾਂ ਨੇ। ਪਰ ਮੋਹਨ ਸਿੰਘ ਸਦਾ ਆਰਥਿਕ ਸੰਕਟ ਨਾਲ ਘਿਰਿਆ ਰਿਹਾ। ਬਹੁਤੇ ਸਾਹਿਤਕਾਰ, ਬਹੁਤੇ ਸਾਡੀ ਪੰਜਾਬੀ ਇਸ ਬੋਲੀ ਨਾਲ ਜੁੜੇ ਹੋਏ ਜਿਹੜੇ ਲੋਕ ਸੀਗੇ, ਉਹਨਾਂ ਨੂੰ ਇਸ ਚੀਜ਼ ਨਾਲ ਵਾਹ ਵਾਸਤਾ ਪਿਆ, ਆਰਥਿਕ ਤੰਗੀਆਂ ਤਰਸੀਆਂ ਦੇ ਨਾਲ ਚੱਲਣਾ ਪਿਆ, ਪਰ ਉਹ ਹਾਰੇ ਨਹੀਂ ਜ਼ਿੰਦਗੀ ਦੇ ਵਿੱਚ। ਇਹ ਗੱਲ ਨੂੰ ਵੀ ਧਿਆਨ 'ਚ ਰੱਖਿਓ।
ਹਾਂ, ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਜਦੋਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਬਣੇ, ਯਾਦ ਰੱਖਿਓ ਜਦੋਂ ਡਾਕਟਰ ਮਹਿੰਦਰ ਸਿੰਘ ਰੰਧਾਵਾ, ਬਹੁਤ ਵੱਡਾ ਨਾਮ ਆ, ਯਾਦ ਹੋਵੇਗਾ ਕਈਆਂ ਨੂੰ ਪਤਾ ਹੋਵੇਗਾ ਇਹਨਾਂ ਬਾਰੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਬਣੇ ਤਾਂ ਮੋਹਨ ਸਿੰਘ ਸੀ, ਜਿਹੜੇ ਪ੍ਰੋਫੈਸਰ ਐਮਰੇਟਿਸ ਵੱਲੋਂ ਯੂਨੀਵਰਸਿਟੀ ਵਿੱਚ ਲੈ ਗਏ। ਇਹ ਸਭ ਤੁਸੀਂ ਗੱਲਾਂ ਨੂੰ ਯਾਦ ਰੱਖਣਾ ਧਿਆਨ 'ਚ। ਇਸ ਤੋਂ ਬਾਅਦ ਉਹਨਾਂ ਨੂੰ ਆਰਥਿਕ ਪੱਖੋਂ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ, ਕੁਛ ਆਰਥਿਕ ਮਦਦ ਹੋ ਗਈ, ਇਹਦੇ ਨਾਲ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਜ਼ਿੰਦਗੀ ਦੇ ਵਿੱਚ ਕਮਾਈ ਦਾ ਹੋਰ। ਉੱਥੇ ਰਹਿੰਦੇ ਉਹਨਾਂ ਨੇ ਪੰਜਾਬੀ ਸਾਹਿਤ ਦੀ ਖੂਬ ਸੇਵਾ ਕੀਤੀ ਅਤੇ 1978 ਵਿੱਚ ਉਹਨਾਂ ਦਾ ਲੁਧਿਆਣੇ ਦਾ ਹੀ ਦੇਹਾਂਤ ਹੋ ਗਿਆ। ਲੁਧਿਆਣੇ ਮੌਤ ਹੁੰਦੀ ਆ, ਕਈ ਵਾਰੀ ਬੜੇ ਸੌਖੇ ਜਿਹੇ ਕਮਾ ਕੇ ਪ੍ਰਸ਼ਨ ਜਾਣ ਬੁੱਝ ਕੇ ਪਾ ਦਿੱਤੇ ਜਾਂਦੇ ਆ ਕਿ ਬੱਚੇ ਆ ਜਿਹੜੇ ਇਸ ਪੱਧਰ 'ਤੇ ਪੜ੍ਹਾਈ ਕਰਦੇ ਨਹੀਂ ਕਿ ਹਾਂ ਉਹਨਾਂ ਦਾ ਦੇਹਾਂਤ ਹੋ ਗਿਆ, ਅਸੀਂ ਪੜ੍ਹ ਲੈਂਦੇ ਹਾਂ। ਅਤੇ 1978 ਦੇ ਵਿੱਚ ਹੋ ਗਿਆ, ਕਿਉਂ ਹੋਇਆ, ਕਿਵੇਂ ਹੋਇਆ, ਕਿਸ ਜਗ੍ਹਾ 'ਤੇ ਹੋਇਆ, ਇਸ ਤਰ੍ਹਾਂ ਦੇ ਪ੍ਰਸ਼ਨ ਵੀ ਬਣ ਜਾਂਦੇ ਆ। ਅਤੇ ਫਿਰ ਅਸੀਂ ਉੱਥੇ ਬਾਅਦ ਦੇ ਵਿੱਚ ਪਛਤਾਉਂਦੇ ਹਾਂ ਕਿ ਜੇ ਮੈਂ ਇਹ ਹੱਲ ਧਿਆਨ ਨਾਲ ਪੜ੍ਹਿਆ ਹੁੰਦਾ, ਪੜ੍ਹਿਆ ਤਾਂ ਜ਼ਰੂਰ ਸੀ, ਮੈਂ ਇਹਦੇ ਧਿਆਨ 'ਚ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ? ਕਿਉਂਕਿ ਅਸੀਂ ਧਿਆਨ ਦਿੱਤਾ ਨਹੀਂ ਹੈਗਾ। ਲੁਧਿਆਣੇ ਦੇ ਵਿੱਚ 1978 ਦੇ ਵਿੱਚ ਦੇਹਾਂਤ ਹੁੰਦਾ ਹੈ। ਉਹਨਾਂ ਦੀ ਸਾਹਿਤ ਪ੍ਰਾਪਤੀਆਂ ਕਰਕੇ ਜਨਤਾ ਅਤੇ ਸਰਕਾਰ ਵੱਲੋਂ ਅਨੇਕਾਂ ਪ੍ਰਕਾਰ ਦੇ ਮਾਣ ਸਨਮਾਨ ਦਿੱਤੇ ਗਏ। ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਜਿਹੜਾ ਸਨਮਾਨ ਪ੍ਰਾਪਤ ਹੋਇਆ ਸੀ, ਸਾਹਿਤ ਅਕਾਦਮੀ ਦਿੱਲੀ ਵੱਲੋਂ ਵੀ ਸਨਮਾਨ ਮਿਲਿਆ ਗਿਆ। ਕਵੀ ਦੀ ਸਾਰੀ ਜੀਵਨ ਯਾਤਰਾ ਅਭਾਵ ਦੀ ਯਾਤਰਾ ਰਹੀ ਹੈ, ਪਰ ਆਪਣੇ ਅਭਾਵ ਗ੍ਰਸਤ ਹੁੰਦਿਆਂ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਤੋਂ ਵਿਆਹ ਹੁੰਦਾ, ਵਿਆਹ ਹੋਣ ਤੋਂ ਬਾਅਦ ਵੰਡ ਹੁੰਦੀ ਆ, ਵੰਡ ਹੋਣ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਵਿੱਚ ਨੌਕਰੀ ਛੱਡਦੇ ਆ, ਫਿਰ ਉਹ ਇੱਧਰ ਜੁੜਦੇ ਆ, ਫਿਰ ਨੌਕਰੀ ਕਰਨੀ ਪੈਂਦੀ ਆ, ਕਿੰਨਾ ਕੁਝ ਉਹਨਾਂ ਨੂੰ ਚੱਲਣਾ ਪਿਆ ਜ਼ਿੰਦਗੀ 'ਚ। ਪਰ ਫਿਰ ਵੀ ਅਭਾਵ ਹੁੰਦਿਆਂ ਹੋਇਆਂ ਵੀ ਪੰਜਾਬ ਵੀ ਮਾਂ ਦੀ ਗੋਦ ਸੁੰਦਰ ਰਚਨਾਵਾਂ ਨਾਲ ਭਰਨ ਨੂੰ ਸੰਕੋਚ ਨਾ ਕੀਤਾ। ਪੰਜਾਬੀ ਮਾਂ ਨਾਲ ਮੋਹ ਹੀ ਇੰਨਾ ਸੀਗਾ ਅਤੇ ਉਹ ਪੰਜਾਬੀ ਭਾਸ਼ਾ ਦਾ ਅਮਰ ਕਵੀ ਹੈ। ਹੁਣ ਅਸੀਂ ਗੱਲ ਕਰਾਂਗੇ ਉਹਨਾਂ ਦੀ ਕਾਵਿ ਕਲਾ ਬਾਰੇ। ਕਾਵਿ ਕਲਾ ਦੇ ਵਿੱਚ ਮੋਹਨ ਸਿੰਘ ਨੂੰ ਕਵਿਤਾ ਦੀ ਚਿਟਕ ਭਾਵੇਂ ਸ਼ੁਰੂ ਤੋਂ ਅਸੀਂ ਗੱਲ ਕਰ ਚੁੱਕੇ ਹਾਂ ਸਕੂਲ ਦੇ ਵਿੱਚ ਪੜ੍ਹਦੇ ਟਾਈਮ ਤੋਂ ਸੀ, ਪਰ ਉਹਨਾਂ ਨੇ ਜਿਹੜੇ ਆਪਣੇ ਕਹੇ ਅਨੁਸਾਰ ਉਹਨਾਂ ਦੀ ਜਿਹੜੀ ਮੰਨਣੀ ਸੀ ਗੱਲ ਕਿ ਕਵਿਤਾ ਦੇ ਖੇਤਰ ਵਿੱਚ ਆਪਣੀ ਪਤਨੀ ਬਸੰਤ ਦੇ ਮਰਨ ਤੋਂ ਬਾਅਦ ਪ੍ਰਵੇਸ਼ ਕੀਤਾ। ਲਓ ਜੀ, ਇੱਕ ਘੁਮਾ ਕੇ ਪ੍ਰਸ਼ਨ ਇੱਥੇ ਬਣ ਸਕਦਾ। ਦੇਖੋ, ਜੇ ਤਾਂ ਪੇਪਰ ਦੇ ਵਿੱਚ ਆਉਂਦਾ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਕਵਿਤਾ ਦਾ ਆਰੰਭ ਕਦੋਂ ਕੀਤਾ, ਉਹਦੇ ਵਿੱਚ ਤੁਹਾਡੇ ਕੋਲ ਵਿਕਲਪ ਸਕੂਲ ਟਾਈਮ ਹੈ ਤਾਂ ਤੁਸੀਂ ਸਹੀ ਕਹਿ ਮੰਨ ਸਕਦੇ ਹੋ। ਜੇ ਪ੍ਰਸ਼ਨ ਇਸ ਤਰੀਕੇ ਨਾਲ ਆਉਂਦਾ ਕਿ ਪ੍ਰੋਫੈਸਰ ਮੋਹਨ ਸਿੰਘ ਦੇ ਮੁਤਾਬਕ ਉਹ ਆਪਣੀ ਸ਼ੁਰੂਆਤ ਕਦੋਂ ਮੰਨਦੇ ਨੇ ਕਵਿਤਾ ਦੇ ਵਿੱਚ, ਤਾਂ ਤੁਹਾਡਾ ਜਵਾਬ ਹੋਰ ਹੋਵੇਗਾ ਜੀ। ਉਹ ਜਵਾਬ ਇਹ ਹੈ ਕਿ ਆਪਣੀ ਪਤਨੀ ਬਸੰਤ ਕੌਰ ਦੇ ਮਰਨ ਤੋਂ ਬਾਅਦ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਜਦੋਂ ਦੋ ਨੰਬਰਾਂ ਕਰਕੇ ਜਾਂ ਚਾਰ ਨੰਬਰਾਂ ਕਰਕੇ ਅਸੀਂ ਉਸ ਇਮਤਿਹਾਨ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਕਰਦੇ ਤਾਂ ਦੁੱਖ ਬਹੁਤ ਹੁੰਦਾ। ਉਹ ਇਹੀ ਕਾਰਨ ਆ ਕਿ ਧਿਆਨ ਨਾਲ ਨਹੀਂ ਪੜਿਆ ਗਿਆ। ਪਹਿਲਾਂ ਉਹ ਧਾਰਮਿਕ ਕਵਿਤਾਵਾਂ ਲਿਖਦਾ ਅਤੇ ਸਟੇਜ 'ਤੇ ਸੁਣਾਉਂਦਾ ਸੀ। ਗੁਰੂ ਦੇ ਬਾਗ ਦੇ ਮੋਰਚੇ ਸੰਬੰਧੀ ਸਟੇਜ ਦੇ ਉੱਤੋਂ ਬੋਲੀ ਗਈ ਸਭ ਤੋਂ ਪਹਿਲੀ ਕਵਿਤਾ ਸੀ, ਪਰ ਸਹਿਜੇ ਸਹਿਜੇ ਉਸ ਦੀ ਕਵਿਤਾ ਵਿੱਚ ਗੁਰੂ ਦੇ ਬਾਗ, ਇਹ ਯਾਦ ਰੱਖਿਓ, ਗੁਰੂ ਦੇ ਬਾਗ ਦੇ ਮੋਰਚੇ ਸੰਬੰਧੀ ਜਿਹੜੀ ਸ਼ਾਇਦ ਸਟੇਜ ਉੱਤੇ ਬੋਲੀ ਗਈ ਸਭ ਤੋਂ ਪਹਿਲੀ ਕਵਿਤਾ ਸੀ ਸਟੇਜ ਉੱਤੇ, ਇਹ ਗੱਲ ਜਿਹੜੀ ਦਿੱਤੀ ਗਈ ਆ, ਤੁਸੀਂ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ। ਪਰ ਹੌਲੀ ਹੌਲੀ ਧਾਰਮਿਕ ਤੋਂ ਹੌਲੀ ਹੌਲੀ ਰੋਮਾਂਟਿਕ ਰੰਗ ਆਉਣੇ ਸ਼ੁਰੂ ਹੋ ਗਏ ਜ਼ਿੰਦਗੀ ਦੇ ਪੜਾਅ ਜਿਸ ਤਰ੍ਹਾਂ ਆਉਂਦੇ ਨੇ ਇਨਸਾਨ ਦੇ ਵਿੱਚ। ਇਸ ਦਾ ਕਾਰਨ ਉਸਦੀ ਪਤਨੀ ਦੀ ਮੌਤ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਦੂਜਾ ਕਾਰਨ ਇਹ ਸੀ ਕਿ ਉਸਨੇ ਫਾਰਸੀ ਸਾਹਿਤ ਦਾ ਬਹੁਤ ਅਧਿਐਨ ਕੀਤਾ ਸੀ, ਅਧਿਐਨ ਬਹੁਤੀ ਵਾਰੀ ਅਸੀਂ ਸ਼ਬਦ ਬਾਰੇ ਗੱਲ ਕੀਤੀ ਆ, ਪੜ੍ਹਿਆ ਨਹੀਂ ਸੀ, ਅਧਿਐਨ ਕੀਤਾ ਸੀ। ਅਧਿਐਨ ਤੋਂ ਭਾਵ ਡੂੰਘਾ ਅਧਿਐਨ ਜਿਹਨੂੰ ਅਸੀਂ ਕਹਿੰਦੇ ਹਾਂ, ਵਿਚਾਰਨਾ ਨਾਲ ਦੀ ਨਾਲ। ਫਾਰਸੀ ਭਾਸ਼ਾ ਵਿੱਚ ਕਵਿਤਾ ਲਈ ਰੋਮਾਂਸ ਅਤੇ ਇਸ਼ਕ ਨੂੰ ਵਿਸ਼ੇਸ਼ ਮੰਨਿਆ ਗਿਆ। ਫਾਰਸੀ ਭਾਸ਼ਾ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਨਾ, ਹੋਰ ਸਾਹਿਤ ਨੂੰ ਪੜ੍ਹਦੇ, ਉੱਥੇ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਫਾਰਸੀ ਭਾਸ਼ਾ ਵਿੱਚ ਕਵਿਤਾ ਲਈ ਰੋਮਾਂਸ ਅਤੇ ਇਸ਼ਕ ਨੂੰ ਵਿਸ਼ੇਸ਼ ਮੰਨਿਆ ਗਿਆ। ਜੇ ਕਵਿਤਾ ਤੁਸੀਂ ਕਵਿਤਾ ਦੇ ਹੰਡਾਉਣਾ ਗਾ, ਉਹਨੂੰ ਜਿਉਣਾ ਗਾ, ਇਹ ਗੱਲ ਨੂੰ ਤੁਸੀਂ ਧਿਆਨ 'ਚ ਰੱਖਣਾ। ਮੋਹਨ ਸਿੰਘ ਨੇ ਅੰਗਰੇਜ਼ੀ ਰੋਮਾਂਸ ਕਵਿਤਾ ਤੋਂ ਵੀ ਰੋਮਾਂਸਵਾਦੀ ਕਵਿਤਾ ਲਿਖਣ ਦਾ ਪ੍ਰਭਾਵ ਕਬੂਲ ਕੀਤਾ। ਅੰਗਰੇਜ਼ੀ ਰੋਮਾਂਸ ਕਵਿਤਾ ਤੋਂ ਵੀ, ਪਹਿਲਾਂ ਫਾਰਸੀ ਦੀ ਗੱਲ ਕਰਾਂਗੇ, ਫਿਰ ਅਸੀਂ ਅੰਗਰੇਜ਼ੀ ਜਿਹੜੀ ਰੋਮਾਂਸਵਾਦ ਆ ਉਹਦੀ ਗੱਲ ਕਰਾਂਗੇ। ਇਹ ਚੀਜ਼ ਦੋਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਜੇ ਮੋਹਨ ਸਿੰਘ ਦੀ ਕਵਿਤਾ ਨੂੰ ਗੰਭੀਰਤਾ ਨਾਲ ਪੜ੍ਹਿਆ ਜਾਵੇ ਤਾਂ ਇੱਕ ਗੱਲ ਸਪਸ਼ਟ ਉੱਗੜ ਕੇ ਸਾਹਮਣੇ ਆਉਂਦੀ ਹੈ ਕਿ ਉਸਦੀ ਕਵਿਤਾ ਦਾ ਮੂਲ ਆਧਾਰ ਪ੍ਰੇਮ ਹੈ, ਮੂਲ ਆਧਾਰ ਪ੍ਰੇਮ ਹੈ। ਇਹ ਸ਼ਬਦ ਨੂੰ ਧਿਆਨ ਦੇ ਵਿੱਚ ਰੱਖਣਾ। ਇਸ ਪ੍ਰੇਮ ਭਾਵ ਵਾਲੇ ਉਸਦੇ ਨਿੱਜੀ ਜੀਵਨ ਦੀ ਕਿਸੇ ਵੀ ਘਟਨਾ ਤੋਂ ਸ਼ੁਰੂ ਹੁੰਦਾ ਹੈ, ਪਰ ਸਹਿਜੇ ਸਹਿਜੇ ਪ੍ਰੇਮ ਭਾਵ ਵਿਕਾਸ ਕਰਦੀ ਹੈ। ਜਦੋਂ ਪ੍ਰਗਤੀਵਾਦੀ ਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਵੀ ਪ੍ਰੇਮ ਉਸਦੀ ਕਵਿਤਾ ਦਾ ਧੁਰਾ ਬਣਿਆ ਰਹਿੰਦਾ ਹੈ ਪ੍ਰਗਤੀਵਾਦੀ ਧਾਰਾ ਦੇ ਵਿੱਚ ਪ੍ਰਵੇਸ਼ ਕਰਨ ਸਮੇਂ ਵੀ, ਕਿਉਂਕਿ ਅਜਿਹੀ ਅਵਸਥਾ ਵਿੱਚ ਉਹ ਨਿੱਜੀ ਪਿਆਰ ਤੋਂ ਉੱਪਰ ਉੱਠ ਕੇ ਲੋਕ ਪਿਆਰ ਨਾਲ ਜੁੜ ਜਾਂਦਾ ਹੈ। ਜਦੋਂ ਨਿੱਜੀ ਪਿਆਰ ਤੋਂ ਉੱਠ ਕੇ ਲੋਕ ਪਿਆਰ ਨਾਲ ਜੁੜ ਜਾਂਦਾ ਹੈ ਤਾਂ ਇਸ ਤਰ੍ਹਾਂ ਸਪਸ਼ਟ ਹੈ ਕਿ ਮੋਹਨ ਸਿੰਘ ਭਾਵੇਂ ਨਿੱਜੀ ਕਵਿਤਾ ਲਿਖ ਰਿਹਾ ਹੋਵੇ, ਭਾਵੇਂ ਸਮਾਜਿਕ, ਭਾਵੇਂ ਪ੍ਰਗਤੀਵਾਦੀ, ਉਸਦਾ ਪ੍ਰੇਮ
ਸਭ ਥਾਂ ਕਿਸੇ ਨਾ ਕਿਸੇ ਰੂਪ ਵਿੱਚ ਮਿਲ ਹੀ ਜਾਂਦਾ ਹੈ। ਅਤੇ ਜਿਹੜੀਆਂ ਅਗਲੀਆਂ ਕੁਝ ਗੱਲਾਂ ਬਹੁਤ ਜ਼ਿਆਦਾ ਖਾਸ ਨੇ ਇਹਨਾਂ ਦੇ ਜਿਹੜੇ ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿ ਜਿਹੜੀ ਕਲਾ ਦੇ ਨਾਲ ਜਿਹੜੀਆਂ ਸੰਬੰਧਿਤ ਵਿਸ਼ੇਸ਼ਤਾਵਾਂ ਨੇ, ਅਤੇ ਆਪਾਂ ਉਹਦੇ ਬਾਰੇ ਵੀ ਕਾਫੀ ਗੱਲਾਂ ਕਰਨੀਆਂ ਨੇ। ਹਾਲੇ ਫਿਲਹਾਲ ਸਾਨੂੰ ਕਿਸੇ ਕਾਰਨ ਕਰਕੇ ਵੀਡੀਓ ਇੱਥੇ ਰੋਕਣੀ ਪੈਣੀ ਆ, ਅਤੇ ਜਿਹੜੀਆਂ ਅਗਲੀਆਂ ਕਿਤਾਬਾਂ ਬਾਰੇ ਜਾਂ ਹੋਰ ਗੱਲਾਂ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਅਤੇ ਮਾਫੀ ਚਾਹੁੰਦੇ ਹਾਂ ਕਿ ਵੀਡੀਓ ਇੱਥੇ ਹੀ ਰੋਕਣੀ ਪੈ ਗਈ। ਕੁਝ ਖਾਸ ਗੱਲਾਂ ਨੇ ਬਹੁਤ ਜ਼ਿਆਦਾ ਧਿਆਨ ਦੇ ਨਾਲ ਵੀਡੀਓ ਦੇ ਅਗਲੇ ਭਾਗ ਤੱਕ ਥੋੜ੍ਹਾ ਜਿਹਾ ਉਡੀਕ ਰੱਖੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਸਾਡੀ ਵੀਡੀਓ ਇਹ ਦੇ ਵਿੱਚ ਸਾਡੇ ਗੱਲ ਕਰਨ ਦਾ ਆਪਣੇ ਤਰੀਕੇ ਨਾਲ ਤੁਹਾਨੂੰ ਇਹ ਢੰਗ ਵਧੀਆ ਲੱਗਦਾ ਸਮਝਾਉਣ ਦਾ, ਤੁਹਾਡੀ ਯਾਦ ਕਰਾਉਣ ਦਾ, ਤਾਂ ਤੁਸੀਂ ਕਮੈਂਟ ਕਰਕੇ ਹੇਠਾਂ ਜ਼ਰੂਰ ਦੱਸ ਦਿਓ ਤਾਂ ਜੋ ਅਗਲੀ ਵੀਡੀਓ ਆਪਾਂ ਬਹੁਤ ਜਲਦ ਲੈ ਕੇ ਆ ਸਕੀਏ। ਵੀਡੀਓ ਦੇ ਲਈ ਸਮਾਪਤੀ ਲਈ ਇੱਥੇ ਮਾਫੀ ਚਾਹੁੰਦੇ ਹਾਂ। ਬੜੀ ਜਲਦੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਰੱਬ ਰਾਖਾ।